ਅਸਲਾਮ ਵਾਲੇਕੁਮ, ਵੈਲਕਮ ਬੈਕ ਟੂ ਅਨਦਰ ਵਲੋਗ। ਅੱਜ ਹੈਗੀ ਹੈ ਜਨਾਬ 18 November 2023। ਨਵੰਬਰ ਵੀ ਤਕਰੀਬਨ ਅੱਧਾ ਹੋ ਗਿਆ, ਟਾਈਮ ਤਾਂ ਇੱਦਾਂ ਗੁਜ਼ਰ ਰਿਹਾ ਜਿੱਦਾਂ ਅੰਗਰੇਜ਼ ਕਹਿੰਦੇ ਨਾ, ਲਾਈਕ ਨੋ ਮੈਨਸ ਬਿਜ਼ਨਸ। ਬਹਰਹਾਲ ਜੀ, 18 November ਹੋ ਗਈ ਹੈ ਔਰ ਅੱਜ ਮੈਂ ਕਰਨ ਜਾ ਰਿਹਾ ਹਾਂ, ਮੈਂ ਨਾ ਸ਼ੌਕ ਸੀਗਾ ਬੜੇ ਅਰਸੇ ਤੋਂ ਕਿ ਮੇਰੇ ਕਮਰੇ ਦੇ ਵਿੱਚ ਨਾ ਪਿੱਛੇ ਵਰਲਡ ਮੈਪ ਲੱਗਾ ਹੋਵੇ, ਉਹ ਕਿੱਦਾਂ ਦਾ ਹੋਏਗਾ, ਕਿੱਥੋਂ ਮਿਲੇਗਾ, ਫਰੇਮ ਹੋਵੇ ਜਾਂ ਡੀਕਲ ਸਟਿੱਕਰ ਹੋਵੇ। ਉੱਥੇ ਬੜੀ ਦੇਰ ਦੀ ਰਿਸਰਚ ਕਰ ਰਿਹਾ ਸੀਗਾ ਅਤੇ ਫਾਈਨਲੀ ਆਈਵ ਮੇਡ ਅ ਡਿਸੀਜਨ ਅਤੇ ਮੈਂ ਔਡਰ ਕੀਤਾ ਸੀਗਾ, ਆਈ ਥਿੰਕ 3-4 ਦਿਨ ਪਹਿਲੇ ਡਿਲੀਵਰ ਹੋ ਗਿਆ ਆ। ਉਹਨੂੰ ਅਨਬੋਕਸ ਕਰਦੇ ਹਾਂ ਅਤੇ ਅੱਜ ਤੁਹਾਨੂੰ ਸਿਖਾਉਂਦੇ ਹਾਂ ਕਿ ਡੀਕਾਲ ਸਟਿੱਕਰ ਜਿਹੜੇ ਨੇ ਦੀਵਾਰ ਦੇ ਉੱਤੇ ਕਿੱਦਾਂ ਲਾਈਦੇ ਨੇ। ਸੋ ਲੈਟਸ ਸਟਾਰਟ ਦ ਵਲੋਗ। ਸੋ ਹੇਅਰ ਇਟ ਇਜ਼, ਆਪਣਾ ਜਿਹੜਾ ਮੈਪ ਆ ਉਹ ਬੜੇ ਸੋਲਿਡ ਡੱਬੇ 'ਚ ਆਇਆ ਹੈਗਾ ਤਾਂ ਸਟਿੱਕਰ ਆ, ਲੇਕਿਨ ਮੈਂ ਸਰਪ੍ਰਾਈਜ਼ ਹਾਂ ਕੋਈ ਐਡੇ ਡੱਬੇ ਦੇ ਵਿੱਚ ਇਹਨਾਂ ਨੇ ਕਿਉਂ ਭੇਜਿਆ ਆ। ਇੱਦਾਂ ਲੱਗਦਾ ਜਿਵੇਂ ਕੋਈ ਫਰੇਮ ਆ ਅਤੇ ਬਹਰਹਾਲ ਦੇਖਦੇ ਹਾਂ ਜੀ ਕੀ ਸਕੀਮ ਹੈ। ਦੈਟਸ ਦ ਬਿਊਟੀ ਆਫ ਇਟ, ਐਮਾਜ਼ੋਨ ਵਾਲੇ ਵੀ ਕਮਾਲ ਕਰਦੇ ਆ ਯਾਰ। ਆਹ ਚੀਜ਼ ਹੈ ਜਿਹੜੀ ਭੇਜੀ ਹੈ ਔਰ ਡੱਬਾ ਦੇਖੋ ਕਿੱਡਾ ਆਲੀਸ਼ਾਨ ਡੱਬਾ ਭੇਜਤਾ ਇਹਦੇ ਬਾਰੇ। ਬਹਰਹਾਲ ਇਹਨੂੰ ਕੁਇਕਲੀ ਮੈਂ ਖੋਲ ਕੇ ਤੁਹਾਨੂੰ ਦਿਖਾਵਾਂ ਕਿ ਇਹ ਸਕੀਮ ਕੀ ਹੁੰਦੀ ਆ, ਡੀਕਾਲ ਸਟਿੱਕਰ ਜਿਹੜੇ ਹੁੰਦੇ ਨੇ। ਓ ਦੈਟਸ ਨਾਈਸ। ਸੋ ਬੇਸਿਕਲੀ ਆਹ ਜੀ ਸਟਿੱਕਰ ਆ, ਇਹਨੂੰ ਹੁਣ ਮੈਂ ਖੋਲਾਂਗਾ ਨਾ ਅਗਰ, ਅਤੇ ਖੋਲਣਾ ਤਾਂ ਪੈਣਾ। ਇਹਦੀ ਤਾਂ ਉਹ ਰੱਖਣੇ ਪੈਣੇ, ਆਈ ਵਾਜ਼ ਥਿੰਕਿੰਗ ਕਿ ਇੱਕ ਹੀ ਸਟਿੱਕਰ ਹੋਏਗਾ ਆਲ ਦਾ ਵੇ, ਬਟ ਇਹ ਡਿਫਰੈਂਟ ਉਹਨਾਂ ਦੇ ਨਾ ਕੰਟੀਨੈਂਟਸ ਦੇ ਡਿਫਰੈਂਟ ਸਟਿੱਕਰਸ ਨੇ। ਸੋ ਦੈਟਸ ਗੋਨਾ ਬੀ ਅ ਮਿਸ਼ਨ ਟੂ ਪੁੱਟ ਇਟ ਰਾਈਟ। ਓਕੇ, ਸੋ ਇਹ ਬੇਸਿਕਲੀ ਹੁੰਦਾ ਇਹ ਆ, ਅਸੀਂ ਬਲੈਕ ਬਲੈਕ ਜਿਹੜਾ ਦੇਖ ਰਹੇ ਹਾਂ ਨਾ, ਦੈਟ ਇਜ਼ ਦਾ ਸਟਿੱਕਰ ਜਿਹੜਾ ਦੀਵਾਰ ਦੇ ਉੱਤੇ ਆਏਗਾ, ਬਾਕੀ ਜਿਹੜੀ ਚੀਜ਼ ਹੈ ਨਾ ਥੱਲੇ ਜਿਹੜਾ ਵਾਈਟ ਹੈ ਉਹ ਉੱਤਰ ਜਾਣਾ ਆ। ਅਤੇ ਬੇਸਿਕਲੀ ਪਿੱਛੇ ਜਿਹੜਾ ਕਲਰ ਨਜ਼ਰ ਆਏਗਾ ਨਾ ਉਹ ਤੁਹਾਨੂੰ ਐਕਚੁਅਲ ਦੀਵਾਰ ਦਾ ਕਲਰ ਨਜ਼ਰ ਆਏਗਾ ਜਿਹੜਾ ਕਿ ਸਫੇਦ ਹੀ ਹੈ। ਮੈਂ ਤਾਂ ਸਮਝਦਾ ਸੀਗਾ ਯਾਰ ਕਿ ਇੱਕ ਵੱਡਾ ਸਟਿੱਕਰ ਹੋਏਗਾ, ਮੈਂ ਇੱਕ ਜਗ੍ਹਾ 'ਤੇ ਉਹਨੂੰ ਪਲੇਸ ਕਰਾਂਗਾ ਅਤੇ ਹਰ ਚੀਜ਼ ਆਪਣੇ ਪੋਜੀਸ਼ਨ 'ਤੇ ਆ ਜਾਏਗੀ। ਇਹ ਤਾਂ ਮੈਨੂੰ ਹੁਣ ਲੱਗ ਰਿਹਾ ਕਿ ਮੈਨੂੰ ਆਪਣੇ ਹਿਸਾਬ ਨਾਲ ਹੀ ਸੈੱਟ ਕਰਨਾ ਪੈਣਾ ਹੈ ਕਿ ਕਿਹੜੀ ਚੀਜ਼ ਮੈਪ ਦੇ ਉੱਤੇ ਕਿੱਥੇ ਆਏਗੀ, ਮਤਲਬ ਜਿਹੜੀ ਦੀਵਾਰ ਦੇ ਉੱਤੇ ਲੋਕੇਸ਼ਨ ਬਣਾਉਣੀ ਹੈ ਨਾ। ਹੁਣ ਮਿਸਾਲ ਦੇ ਤੌਰ 'ਤੇ ਇੱਧਰ ਕੈਨੇਡਾ, US, ਫਿਰ ਅੱਗੇ ਸਾਊਥ ਅਮੈਰੀਕਾ, ਅਤੇ ਹਰ ਚੀਜ਼ ਨੂੰ ਉੱਥੇ ਪਲੇਸ ਕਰਨਾ ਪੈਣਾ ਹੈ। ਸੋ ਆਹ ਜੀ ਇਹਦੀ ਸ਼ੇਪ ਆ, ਤਿੰਨ ਬੇਸਿਕਲੀ ਸੈੱਟ ਆਫ ਸਟਿੱਕਰਸ ਨੇ, ਉਹਨਾਂ ਦੇ ਵਿੱਚ ਏ ਔਰ ਬੀ ਓ ਨੇ, ਸੀ ਔਰ ਡੀ ਆ ਨੇ, ਦੈਨ ਵੀ ਹੈਵ ਦਿਸ ਵਨ ਵਿਚ ਇਜ਼ ਈ ਅਤੇ ਐੱਫ। ਅਤੇ ਇਹਨਾਂ ਨੂੰ ਬੇਸਿਕਲੀ ਨਾ ਆਪਣੀ ਜਿਹੜਾ ਹੁਣ ਸੈੱਟ ਆਫ ਇੰਸਟਰਕਸ਼ਨ ਆ, ਵੇਅਰ ਇਜ਼ ਦ ਸੈੱਟ ਆਫ ਇੰਸਟਰਕਸ਼ਨ, ਸੋ ਦਿਸ ਇਜ਼ ਆਵਰ ਸੈੱਟ ਆਫ ਇੰਸਟਰਕਸ਼ਨ ਜਿਹਨੂੰ ਯੂਜ਼ ਕਰਕੇ ਆਪਾਂ ਇਹਨੂੰ ਦੀਵਾਰ ਉੱਤੇ ਲਾਵਾਂਗੇ ਅਤੇ ਫਾਈਨਲ ਜਿਹੜੀ ਆਊਟਪੁੱਟ ਹੋਏਗੀ ਨਾ ਦੈਟ ਵਿਲ ਬੀ ਲਾਈਕ ਦਿਸ। ਓਕੇ ਜੀ, ਸਿਚੁਏਸ਼ਨ ਹੁਣ ਕੁਛ ਇਸ ਤਰ੍ਹਾਂ ਦੀ ਹੈ, ਸਾਹਮਣੇ ਜਿਹੜੀ ਦੀਵਾਰ ਦੇਖ ਰਹੇ ਹੋ ਇਹਦੇ 'ਤੇ ਆਪਾਂ ਇਹ ਲਾਉਣਾ ਆ, ਅਤੇ ਸਿਚੁਏਸ਼ਨ ਇਹ ਹੈ ਕਿ ਇੱਦਾਂ ਤਿੰਨ ਸਟਿੱਕਰ ਦੇ ਉੱਤੇ ਆਇਆ ਆ, ਇਟਸ ਨੋਟ ਇਨ ਵਨ ਸ਼ੇਪ, ਵਨ ਸਟਿੱਕਰ ਕਿ ਉਸ ਸਟਿੱਕਰ ਨੂੰ ਜਨਾਬ ਇੱਥੇ ਬਸ ਪੇਸਟ ਕਰਤਾ ਅਤੇ ਅੱਲਾ ਅੱਲਾ ਖੈਰ ਸੱਲਾ। ਹੁਣ ਜਨਾਬ ਅਸੀਂ ਦਿਸ ਇਜ਼ ਅ ਸੈੱਟ ਆਫ ਇੰਸਟਰਕਸ਼ਨਸ ਵਿਚ ਵੀ ਆਰ ਗਨ ਯੂਜ਼। ਇਹਦੇ 'ਚ ਬੇਸਿਕਲੀ ਅਸੀਂ ਨਾ ਡਿਫਰੈਂਟ ਪਾਰਟਸ ਆਫ ਦ ਵਰਲਡ ਉਹਨਾਂ ਨੂੰ ਅੰਡਰਸਟੈਂਡ ਕਰਕੇ, ਉਹਨਾਂ ਦੀ ਲੋਕੇਸ਼ਨ ਅੰਡਰਸਟੈਂਡ ਕਰਕੇ ਉਹਨਾਂ ਨੂੰ ਆਪਾਂ ਇਸ ਦੀਵਾਰ ਦੇ ਉੱਤੇ ਨਾ ਲਾਉਣਾ ਆ। ਇਹਨਾਂ ਨੇ ਇੱਥੇ ਮੈਜਰਮੈਂਟ ਦਿੱਤੀ ਹੋਈ ਹੈ ਕਿ ਜਦੋਂ ਪੂਰਾ ਨਕਸ਼ਾ ਲੱਗ ਜਾਏਗਾ ਨਾ
ਐਟ ਇਟਸ ਕਰੈਕਟ ਲੋਕੇਸ਼ਨ 'ਤੇ, ਅਤੇ ਉਦੋਂ ਦੀ ਜਿਹੜੀ ਲੈਂਥ ਹੋਣੀ ਚਾਹੀਦੀ ਹੈ ਨਾ, ਉਹ ਹੋਣੀ ਚਾਹੀਦੀ ਹੈ 63.72 inches, ਔਰ ਡਰੋਪ ਫਰੋਮ ਟੋਪ ਟੂ ਬੋਟਮ ਹੋਣਾ ਚਾਹੀਦਾ ਹੈ 42.6. ਸੋ ਵਟ ਆਵ ਡਨ, ਮੈਂ ਇਸ ਵਾਲ ਦੀ ਨਾ ਟੋਟਲ ਮਜ਼ਰਮੈਂਟ ਲੈ ਲਈ ਹੈ, ਉਹ ਮਜ਼ਰਮੈਂਟ ਲੈ ਕੇ ਮੈਂ ਨਾ ਜਿਹੜਾ ਸੈਂਟਰ ਪੁਆਇੰਟਸ ਨੇ ਉਹ ਉਹਨਾਂ ਦਾ ਤਾਜੁਨ ਕਰਾ ਲਿਆ। ਮਿਸਾਲ ਦੇ ਤੌਰ ਤੁਸੀਂ ਆਹ ਦੇਖ ਰਹੇ ਹੋ, ਆਮ ਨੋਟ ਸ਼ੋਰ ਹਾਓ ਕਲੀਅਰਲੀ ਯੂ ਕੈਨ ਸੀ, ਦਿਸ ਇਜ਼ ਦਾ ਐਂਕਰ ਪੁਆਇੰਟਸ ਔਨ ਬੋਥ ਸਾਈਡਸ, ਇਹਨਾਂ ਦੇ ਵਿੱਚ ਲੱਗੇਗਾ ਨਾ ਮੈਪ ਅਤੇ ਉਹ ਇਸ ਦੀਵਾਰ ਦੇ ਉੱਤੇ ਸੈਂਟਰ 'ਤੇ ਆਏਗਾ। ਹੁਣ ਜਿਹੜੀਆਂ ਚੀਜ਼ਾਂ ਨੇ ਕਰਨ ਵਾਲੀਆਂ ਉਹਨਾਂ ਇਹਨਾਂ ਨੇ ਸੈਗਮੈਂਟਸ ਦੇ ਵਿੱਚ ਕੀਤਾ ਹੋਇਆ ਡਿਸਟ੍ਰੀਬਿਊਟ ਇਸ ਮੈਪ ਨੂੰ। ਸੈਕਸ਼ਨ ਏ, ਸੈਗਮੈਂਟ ਏ ਕਹਿ ਲਓ, ਬੀ ਕਹਿ ਲਓ, ਸੀ, ਡੀ ਔਰ ਜੀ ਤੱਕ ਆ ਜੀ ਅੰਟਾਰਕਟਿਕ ਆਇਆ। ਏ ਤੋਂ ਸ਼ੁਰੂ ਕਰਦੇ ਹਾਂ। ਹੁਣ ਦ ਥਿੰਗ ਇਜ਼ ਆਮ ਗੋਨਾ ਪੁੱਟ ਕੈਮਰਾ ਔਨ ਅ ਸਾਈਡ, ਕਿਉਂਕਿ ਅ ਲੋਟ ਆਫ ਬ੍ਰੇਨ ਸਟੋਰਮਿੰਗ ਨੀਡਸ ਡੂਇੰਗ, ਅਤੇ ਇੰਨਾ ਸ਼ਾਇਦ ਮੇਰੇ ਕੋਲ ਟਾਈਮ ਨਾ ਹੋਵੇ ਕੋਈ ਤੁਹਾਨੂੰ ਨਾਲ ਨਾਲ ਐਕਸਪਲੇਨ ਵੀ ਕਰਾਂ। ਅਗਰ ਹੋ ਸਕਿਆ ਦੈਨ ਆਲ ਪੁੱਟ ਸਮ ਵੋਇਸ ਓਵਰ ਕਿ ਆਲ ਦਾ ਹਾਰਡਸ਼ਿਪਸ ਐਂਡ ਸਫਰਿੰਗ ਆਮ ਗੋਨਾ ਗੋ ਥਰੂ, ਆਲ ਐਕਸਪਲੇਨ ਇਟ ਇਨ ਦਾ ਵੋਇਸ ਓਵਰ। ਓਕੇ, ਆਮ ਸੋਰੀ ਫੋਰ ਦ ਮੈਸ ਯਾਰ, ਆਈ ਵਾਜ਼ਨਟ ਰੈਡੀ ਫੋਰ ਦਿਸ ਟਾਈਪ ਆਫ ਹਾਰਡ ਵਰਕ, ਬਟ ਮੈਂ ਕੁਝ ਚੀਜ਼ ਹੁਣ ਸਪੋਟ ਕੀਤੀ ਹੈ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ। ਜਿਹੜਾ ਜਿਹੜਾ ਪੀਸ ਮੈਪ ਦਾ ਕੱਟਣਾ ਹੈ ਨਾ ਇਨ ਵਨ ਪੀਸ, ਉਹਨੂੰ ਨਾ ਇਹਨਾਂ ਨੇ ਅਗਰ ਤੁਸੀਂ ਦੇਖੋ ਕਲੋਜ਼ਲੀ, ਆਮ ਨੋਟ ਸ਼ੋਰ ਇਫ ਯੂ ਕੈਨ ਸੀ ਕੈਮਰੇ ਦੇ ਵਿੱਚ, ਆਹ ਨਾ ਇੱਕ ਬਾਰਡਰ ਲਾਈਨ ਜੀ ਲਾਈ ਹੋਈ ਹੈ ਇਨਵਿਜ਼ੀਬਲ, ਕਿ ਇਹ ਚੀਜ਼ਾਂ ਇਹ ਮਤਲਬ ਇੱਕ ਸਟਿੱਕਰ ਆ, ਆਹ ਸਾਰਾ ਤੁਸੀਂ ਜਿਹੜਾ ਪੀਸ ਦੇਖ ਰਹੇ ਹੋ ਨਾ, ਆਹ ਛੋਟੇ ਛੋਟੇ ਟਾਈਨੀ ਟਾਈਨੀ ਪੀਸਿਸ ਵੀ, ਇਹਨਾਂ ਦੇ ਸਰਾਊਂਡਿੰਗ ਦੇ ਵਿੱਚ ਨਾ ਇੱਕ ਲੱਗੀ ਹੋਈ ਹੈ ਲਾਈਨ ਜੀ ਇਨਵਿਜ਼ੀਬਲ ਜਿਹੀ, ਉਸ ਲਾਈਨ ਤੋਂ ਕੱਟਣਾ ਆ ਅਤੇ ਉਹ ਇੱਕ ਪੀਸ ਆ। ਨਾਟ ਐਨ ਈਜ਼ੀ ਟਾਸਕ ਯਾਰੋ, ਮੈਂ ਬੜੀ ਮਿਹਨਤ ਤੋਂ ਬਾਅਦ ਆਹ ਸਿਰਫ ਸੈਕਸ਼ਨ ਇਹ ਵਾਲਾ ਲਾਇਆ, ਕੈਨੇਡਾ, ਯੂਨਾਈਟਡ ਸਟੇਟਸ ਅਤੇ ਕੁਛ ਇਹ ਵਾਲੇ ਮੁਲਕ ਨੇ, ਕਾਫੀ ਟਾਈਮ ਲੱਗ ਗਿਆ। ਹੁਣ ਨੈਕਸਟ ਟਾਈਮ ਜਿਹੜਾ ਨੈਕਸਟ ਆਪਣੀ ਟਾਸਕ ਆ ਉਹ ਇਹਦੇ ਨਾਲ ਆਪਾਂ ਅਲਾਸਕਾ ਨੂੰ ਜੁਆਇਨ ਕਰਨਾ ਆ।
ਅਨਦਰ ਮਾਈਲਸਟੋਨ ਅਚੀਵਡ ਅਲਾਸਕਾ ਨੂੰ ਆਪਾਂ ਇੱਥੇ ਹੁਣ ਜੁਆਇਨ ਕਰਤਾ ਇੱਥੇ ਨਾ ਮੈਂ ਫੀਲ ਕਰ ਰਿਹਾ ਕਿ ਸ਼ਾਇਦ ਥੋੜ੍ਹੀ ਜਿਹੀ ਕੋਈ ਕਮੀ ਕੁਤਾਹੀ ਰਹਿ ਗਈ ਹੈ ਬਟ ਇੱਥੋਂ ਨਾ ਬੜਾ ਸੀਗਾ ਟਾਈਨੀ ਸੀਗਾ ਕੰਮ ਛੋਟੇ ਛੋਟੇ ਪੀਸਿਸ ਸੀਗੇ ਇਹਨਾਂ ਸਰਕੂਲਰ ਐਂਗਲ ਆਈ ਥਿੰਕ ਇੱਥੋਂ ਮੈਂ ਥੋੜ੍ਹਾ ਜਿਹਾ ਮੈਸ ਅਪ ਕਰ ਗਿਆ ਬਟ ਠੀਕ ਹੀ ਲੱਗਦਾ ਦੂਰੋਂ ਅਚੀਵਮੈਂਟ ਆ ਸੋ ਫਾਰ ਆਪਾਂ ਉੱਪਰ ਜਿਹੜਾ ਆ ਨੌਰਥ ਅਮੈਰੀਕਾ ਲਾ ਲਿਆ ਕੈਨੇਡਾ ਅਲਾਸਕਾ ਅਤੇ ਫਿਰ ਯੂਨਾਈਟਿਡ ਸਟੇਟਸ ਅਤੇ ਫਿਰ ਆਪਣਾ ਥੱਲੇ ਸਾਊਥ ਅਮੈਰੀਕਾ ਜਿਹਦੇ ਬਹੁਤ ਸਾਰੇ ਵੈਨਜ਼ੁਏਲਾ ਕੋਲੰਬੀਆ ਐਕਵਾਡੋਰ ਬ੍ਰਾਜ਼ੀਲ ਪੈਰਾਗੁਏ ਅਰਜਨਟੀਨਾ ਬਹੁਤ ਸਾਰੇ ਮੁਲਕ ਨੇ ਦਿਸ ਇਜ਼ ਦ ਪ੍ਰੋਗਰੈਸ ਸੋ ਫਾਰ ਮਸਲਾ ਹੋ ਗਿਆ ਇੱਥੇ ਥੋੜ੍ਹਾ ਜਿਹਾ ਆਹ ਜਿਹੜਾ ਸੈਕਸ਼ਨ ਮੈਂ ਲਾਇਆ ਨਾ ਯੂਰਪ ਵਾਲਾ ਯੂ ਕੇ ਅਤੇ ਆਈ ਥਿੰਕ ਵੈਸਟਰਨ ਯੂਰਪ ਇਹ ਥੋੜ੍ਹਾ ਉੱਪਰ ਲੱਗ ਗਿਆ ਇਹਨੂੰ ਥੋੜ੍ਹਾ ਥੱਲੇ ਹੋਣਾ ਚਾਹੀਦਾ ਸੀ ਆਈ ਥਿੰਕ ਇਟ ਸ਼ੁੱਡ ਹੈਵ ਸਟਾਰਟਡ ਫਰੋਮ ਹੇਅਰ ਲੇਕਿਨ ਹੁਣ ਕੰਮ ਇਹ ਐਸਾ ਆ ਮੈਂ ਇਹਨੂੰ ਉਤਾਰ ਨਹੀਂ ਸਕਦਾ ਇਹਨੂੰ ਉਤਾਰਿਆ ਅਤੇ ਸਤਿਆਨਾਸ਼ ਹੋ ਜਾਣਾ ਇਹਦਾ ਦੇਅਰ ਯੂ ਗੋ ਵੀ ਹੈਵ ਪਲੈਂਟੀ ਆਫ ਰੂਮ ਟੂ ਪੁੱਟ ਵਰਡ ਔਨ ਕੇਅਰਫੁਲ Perfect. Yeah. Perfect. Yeah. That don't sound right. Yeah, squeaky clean. That's the sound of success. Oh, I know. These are the location indicators. I don't know what these are, but still, we'll burn that bridge when we get to it. So, burn? Yeah. There you go. Right. Up, 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 up. North Pacific Street. Up, little up. There you go. Thank you.
Ta-da! Ta-da! Hey Manu, it has taken me pretty much all day. I've made so many mistakes, but I'm not gonna mention them for you to spot. But actually the thing is, all the pieces of those maps were separate, and when I was putting this Europe part, I put it a bit up. It should have been a bit down. That's the only mistake, because once I've done it a bit up, all this section had to be aligned with that one. That's why these things are a bit up. This gap should have been narrowed if that Africa was a bit below. Rest of everything is fine. The main thing is I can see the map. If I've got a target location I want to go to, dream vacation or anything, I can have a look at it on the map. I can put a location indicator, and I can put the green dots on all those countries which I have already visited. I've got the whole world on the wall now. Previously it was dull and boring. I hope you like the video. Please like, share and comment, and if you haven't already, do subscribe to my channel. It means a lot.